ਕਈ ਨਾਂ ਜਿਆਦਾ ਸਾਡੇ ਕਿਹੜੇ ਕਿਹੜੇ ਨਿੰਦਰ ਸੀ ਅਮਰ ਸਿੰਘ ਸੀ ਆਪਣਾ ਪਾਲਾ ਸੀ ਅਮਰ ਸਿੰਘ ਸੀ ਅੱਛਾ ਉਹਦੇ ਆ ਕੇ ਮੋਹਣਾ ਸੀ ਨੱਥੂ ਸੀ ਤੁਹਾਡੀ ਪੱਤੀ ਦੇ ਸੀ ਸਾਡੇ ਨਾਂ ਘਰ ਸਾਡੇ ਨੇੜੇ ਸੀ ਹੋਰ ਕੌਣ ਸੀ ਅਰਜਨ ਪਿੰਡ ਬੁੱਟਰ ਮੇਲੇ ਤੋਂ ਬਣਵਾਇਆ ਸੀ ਕਿੰਨੇ ਪੈਸੇ ਦਿੱਤੇ ਸੀ ਇਹਦੇ ਪਤਾ ਨੀ ਖਿਆਲ ਨੀ ਹੁਣ ਰੁਪਏ ਦੋ ਰੁਪਏ ਹੋਣੇ ਦਾ ਖਰਾ ਉਹ ਬੰਦ ਵੀ ਕਰਦਾ ਹੈ ਅੱਛਾ ਅੱਛਾ ਰੁਪਇਆ ਦੋ ਰੁਪਏ ਦਿੱਤੇ ਹੋਣੇ ਇਹ ਫੁੱਲ ਬਣਵਾਇਆ ਅੱਛਾ ਹੋਰ ਵੀ ਤੇਰੇ ਨਾਲ ਕਿਸੇ ਨੇ ਬਣਵਾਇਆ ਸੀ ਜਾਂ ਇਕੱਲਿਆਂ ਨੇ ਨਹੀਂ ਇੱਕ ਮਾਂ ਦੀ ਜਿਹੜਾ ਮੁੰਡਾ ਉਹਨੇ ਬਣਾਇਆ ਸੀ ਤੁਸੀਂ ਦੋ ਜਣੇ ਨੇ ਬਣਵਾਇਆ ਸੀ ਕੀ ਲੈ ਕੇ ਆਏ ਸੀ ਮੇਲੇ ਤੋਂ ਉੱਥੋਂ ਜਾਣਾ ਜਾਣਾ ਕੀ ਜਾਣਾ ਜਾ ਕੇ ਖਾਸ ਵੀ ਹੋਣੇ ਜਵਾਕਾਂ ਨੇ ਜਵਾਕ ਉਹਦਾ ਜਵਾਕ ਹੀ ਸਮਝੋ ਹਾਂ 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 ਅਤੇ ਨਾ ਕੌੜੀਆਂ ਕੁੜੀਆਂ ਹੁਣ ਜਾਣ ਦੇਖ ਲੈਣੀਆਂ ਬਸ ਗੌਣ ਗੌਣ ਚੱਲਦੇ ਸੀ ਬੱਚਾ ਹੁਣ ਸਾਨੂੰ ਇਹ ਦੱਸਿਓ ਵੀ ਤੁਹਾਡਾ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਲੈ ਕੇ ਵੀਰੋ ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 249 ਈਵੀ ਗੱਗੋ ਮੰਡੀ ਜ਼ਿਲ੍ਹਾ ਵਿਹਾੜੀ 1947 ਦੇ ਉਜਾੜਿਆਂ ਨੂੰ ਲੈ ਕੇ ਅਸੀਂ ਅੱਜ ਇਹਨਾਂ ਬਜ਼ੁਰਗਾਂ ਕੋਲ ਪਹੁੰਚੇ ਹਾਂ ਬਾਬਾ ਲਾਲਦੀਨ ਪਿੰਡ ਤਖਾਨਵੜ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਆਓ ਵੀਰੋ ਬਾਬਾ ਜੀ ਹੋਰਾਂ ਤੋਂ ਪੁੱਛਦੇ ਹਾਂ ਉਹਨਾਂ ਨੇ ਉਸ ਵੇਲੇ ਕੀ ਵੇਖਿਆ ਇੱਕ ਮਿੰਟ ਇਹਨਾਂ ਨੇ ਉਸ ਵੇਲੇ ਉੱਥੇ ਕੀ ਵੇਖਿਆ ਔਰ ਕਿਵੇਂ ਉਜਾੜੇ ਪਏ ਇਹਨਾਂ ਦਾ ਪਿਛੋਕੜ ਵਾਲਾ ਪਿੰਡ ਕਿਵੇਂ ਸੀ ਇਹਨਾਂ ਨੂੰ ਜੋ ਜੋ ਗੱਲਾਂ ਉਸ ਵੇਲੇ ਦੀਆਂ ਯਾਦ ਹੈ ਸਾਰੀਆਂ ਸਾਂਝੀਆਂ ਕਰਾਂਗੇ ਆਪਾਂ ਬਾਬਾ ਲਾਲਦੀਨ ਹੋਰਾਂ ਨਾਲ ਆਓ ਵੀਰੋ ਗੱਲ ਸਲਾਮ ਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਨਾਂ ਹੈ ਤੁਹਾਡਾ ਲਾਲਦੀਨ ਲਾਲਦੀਨ ਤੁਹਾਡੇ ਅੱਬਾ ਜੀ ਦਾ ਨਾਂ ਖੁਦਾ ਬਖਸ਼ ਖੁਦਾ ਬਖਸ਼ ਬਾਬਾ 1947 ਦੇ ਜੋ ਉਜਾੜੇ ਨੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਾਂਜੀ ਬਿਲਕੁਲ ਵੇਖੇ ਕਿ ਦੇਖਾਂਗੇ ਅਸੀਂ ਉਹੀ ਗੱਲਾਂ ਹੀ ਤੁਹਾਡੇ ਨਾਲ ਕਰਨ ਆਏ ਹਾਂ ਸਾਨੂੰ ਸਾਰਿਆਂ ਤੋਂ ਪਹਿਲਾਂ ਹੀ ਦੱਸੋ ਤੁਹਾਡਾ ਪਿੰਡ ਕਿਹੜਾ ਸੀ ਉੱਧਰ ਤਖਾਨਵੱਧ ਤਖਾਨਵੱਧ ਇਹ ਜਿਹੜਾ ਪਿੰਡ ਸੀ ਤਖਾਨਵੱਧ ਇਹਦੀ ਤਹਿਸੀਲ ਕਿਹੜੀ ਸੀ ਤਹਿਸੀਲ ਸੀ ਉਸ ਟਾਈਮ ਸੀ ਮੋਗਾ ਮੋਗਾ ਉਦੋਂ ਬਾਅਦ ਬਣਿਆ ਜ਼ਿਲ੍ਹਾ ਉਹ ਅੱਛਾ ਉਦੋਂ ਬਾਅਦ ਜ਼ਿਲ੍ਹਾ ਬਣਿਆ ਸਾਡੇ ਆਉਣ ਤੋਂ ਬਾਅਦ ਅੱਛਾ ਅੱਛਾ ਅਤੇ ਜ਼ਿਲ੍ਹਾ ਫਿਰ ਜ਼ਿਲ੍ਹਾ ਕਿਹੜਾ ਸੀ ਉਦੋਂ ਤੁਹਾਡਾ ਪਹਿਲਾਂ ਫਿਰੋਜ਼ਪੁਰ ਸੀ ਅੱਛਾ ਫਿਰੋਜ਼ਪੁਰ ਥਾਣਾ ਕਿਹੜਾ ਲੱਗਦਾ ਸੀ ਤੁਹਾਨੂੰ ਮਹਿਣਾ ਥਾਣਾ ਮਹਿਣਾ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਤਕਰੀਬਨ 16 ਸਾਲ ਆ ਤਕਰੀਬਨ 16 ਸਾਲ ਫਿਰ ਤਾਂ ਤੁਹਾਨੂੰ ਸਾਰਾ ਕੁਝ ਚੇਤੇ ਹੈ ਬਿਲਕੁਲ ਜੀ ਹੁਣ ਸਾਨੂੰ ਇਹ ਦੱਸਿਓ ਇਹ ਜਿਹੜਾ ਪਿੰਡ ਸੀ ਤਖਾਨਵੱਧ ਇਹਦੇ ਨਾਲ ਨਾਲ ਪਿੰਡ ਕਿਹੜੇ ਸੀ ਨਾਲ ਆ ਰਿਹਾ ਸੀ ਮੱਦੋ ਮਹਿਣਾ ਨੈਣਾ ਡਾਲਾ ਬੁੱਟਰ ਅੱਛਾ ਅੱਛਾ ਇਹਦੇ ਨਾਲ ਪਿੰਡ ਚਾਰ ਲੋਕ ਸਹੀ ਸੀ ਨਾਲ ਨਾਲ ਹੀ ਪਿੰਡ ਸੀ ਤੁਹਾਡੇ ਜ਼ਰੂਰ ਨਾ ਸਹੀ ਸੀ ਨਾ ਚਾਹ ਪੰਡਾਂ ਸਾਡੀ ਅੱਛਾ ਅੱਛਾ ਝੰਡਿਆਂ ਦੇ ਨਾਲ ਝੰਡਿਆਂ ਨਾਲ ਮੈਦੋ ਮੱਦੋ ਨਾਲ ਦਾਲੇ ਨਾਲ ਬੁੱਟਰ ਨਾਲ ਇਹ ਤੁਹਾਡੇ ਲੱਗਦੇ ਸੀ ਨਾਲ ਨਾਲ ਪਿੰਡ ਅਤੇ ਸਾਨੂੰ ਇਹ ਦੱਸਿਓ ਇਹ ਜਿਹੜਾ ਪਿੰਡ ਸੀ ਤਖਾਨਵੱਧ ਉਦੋਂ ਕਿੱਡਾ ਕੁ ਬੜਾ ਪਿੰਡ ਸੀ ਉਹਦਾ ਨੰਬਰ ਸੀ 7-9 ਨੰਬਰਦਾਰ ਸੀ ਸਾਡੇ ਤੁਹਾਡੇ ਪਿੰਡ ਦੇ 9 ਨੰਬਰਦਾਰ ਸੀ 9 ਨੰਬਰਦਾਰ ਸੀ ਪਿੰਡ ਛੋਟਾ ਹੁੰਦਾ ਸੀ ਪਤਾ ਹੋਰ ਅੱਛਾ ਅੱਛਾ ਜਿੱਥੇ 9 ਨੰਬਰਦਾਰ ਆ ਹਾਂ ਪਿੰਡ ਛੋਟਾ ਹੈ ਨਹੀਂਗਾ ਬਹੁਤ ਵੱਡਾ ਪਿੰਡ ਸੀ ਫਿਰ ਵਾਹ ਜੀ ਤੁਹਾਨੂੰ ਪਿੰਡ ਬਾਰੇ ਸਾਰਾ ਚੇਤੇ ਖਿਆਲ ਆ ਜੀ ਨੰਬਰ ਕੋਲ ਕੇ ਅੱਛਾ ਸਾਨੂੰ ਇਹ ਦੱਸਿਓ ਮਸੀਤ ਮੁਸਲਮਾਨਾਂ ਦੀ ਆਪਣੀ ਕਿੱਥੇ ਸੀ ਉਦੋਂ ਇੱਕ ਸਾਡੇ ਘਰ ਦੇ ਨਾਂ ਆਏ ਸੀ ਬਿਲਕੁਲ ਅੱਛਾ ਅੱਛਾ ਕੰਨ ਖਾਲੀ ਸੀ ਮਸੀਤ ਨਾਲ ਤੁਹਾਡਾ ਪਿੰਡ ਕਿਹੜੀ ਪੱਤੀ ਸੀ ਇਹ ਪੱਤੀ ਸਾਡੀ ਸੀ ਉਹਦੇ ਨਾਲ ਸਰਦਾਰਾ ਨੰਬਰਦਾਰ ਹਾਂ ਸਰਦਾਰਾ ਨੰਬਰਦਾਰ ਸੀ ਉਹ ਸਰਦਾਰਾ ਨੰਬਰਦਾਰ ਤੁਹਾਡੀ ਪੱਤੀ ਦਾ ਉਸ ਪੱਤੀ ਤੁਹਾਡਾ ਘਰ ਸੀ ਉਸ ਪੱਤੀ ਘਰ ਸੀ ਇੱਕ ਦੂਸਰਾ ਸੀ ਮਸੀਤ ਨਾਲ ਸਿੱਖਾਂ ਦਾ ਗੁਰਦੁਆਰਾ ਸੀਗਾ ਦੂਜੇ ਪਰ ਨਾਲ ਮਸੀਤ ਸੀਗੀ ਅੱਛਾ ਅੱਛਾ ਦੋ ਮਸੀਤਾਂ ਨੇ ਦੋ ਮਸੀਤਾਂ ਸੀ ਤੁਹਾਡੇ ਪਿੰਡ ਹੁਣ ਸਾਨੂੰ ਇਹ ਦੱਸਿਓ ਸਕੂਲ ਵੀ ਹੈ ਸੀ ਤੁਹਾਡੇ ਪਿੰਡ 'ਚ ਉਸ ਵੇਲੇ ਸਕੂਲ ਸੀਗੇ ਜਿਹੜਾ ਪੱਕਾ ਬਣਨਾ ਸੀ ਨਾ ਉਹ ਜਗ੍ਹਾ ਨਹੀਂ ਸੀ ਕੰਧਾਂ ਬਣੀਆਂ ਪਈਆਂ ਸਾਡੇ ਆਉਣ ਤੋਂ ਅਤੇ ਉਦੋਂ ਬਾਅਦ ਉਹਨਾਂ ਨੇ ਤਿਆਰ ਕੀਤਾ ਹੋਊਗਾ ਉਦੋਂ ਬਾਅਦ ਤਿਆਰ ਕੀਤਾ ਉਦੋਂ ਤਿਆਰ ਨਹੀਂ ਕੀਤਾ ਉਹ ਅੱਛਾ ਉਦੋਂ ਸਕੂਲ ਆਇਆ ਸੀ ਤੁਹਾਡੇ ਪਿੰਡ 'ਚ ਸਕੂਲ ਸੀਗੇ ਪੜ੍ਹਦੇ ਰਹੇ ਤੁਸੀਂ ਹਾਂ ਜਾਂਦੇ ਰਹੇ ਪੜ੍ਹਨ ਨਹੀਂ ਮੈਂ ਨਹੀਂ ਪੜ੍ਹਨ ਗਿਆ ਫਿਰ ਉਹ ਜਵਾਨਾ ਹੋ ਜਾ ਸੀ ਉਹ ਅੱਛਾ ਅੱਛਾ ਨਾਲੇ ਬੰਦੇ ਕੀ ਕਰਨਾ ਪੜ੍ਹ ਕੇ ਕੰਮ ਕਰੋ ਸਹੀ ਗੱਲ ਹੁਣ ਹੀ ਕਰ ਪਈ
ਹੋਰ ਪਿੰਡ 'ਚ ਖੂਹ ਹੈ ਸੀ ਪਾਣੀ ਵਾਲੇ ਪਿੰਡ ਦੇ ਵਿੱਚ? ਹਾਂ ਹਾਂ, ਖੂਹ ਵਿੱਚ ਸੀਗਾ ਪਾਣੀ ਭਰਨ ਵਾਲਾ। ਕਿੰਨੇ ਖੂਹ ਸੀ ਤੁਹਾਡੇ ਪਿੰਡ 'ਚ? ਬਹੁਤ ਜੰਗਲ 'ਚ ਤਾਂ ਬਹੁਤ ਸੀਗੇ ਨਾ। ਹਾਂ, ਖੇਤਾਂ 'ਚ ਉਹਦੇ ਬਹੁਤ ਖੂਹ ਸੀ, 12 ਹੋਣੇ ਸਾਰੇ ਮੇਰੇ। ਕਿੰਨਾ ਕਿੰਨਾ ਦੇ ਖੂਹ ਸੀ ਕੋਈ ਚੇਤੇ? ਇੱਕ ਸੀ ਗਰਿਆ ਦਾ, ਇੱਕ ਸੀ ਅਰਜਣ, ਇੱਕ ਸੀ ਉਹ ਹੈਗਾ ਦੂਜਾ ਰਾਮਾ। ਅੱਛਾ, ਇਹਨਾਂ ਦੇ ਖੂਹ ਸੀ? ਸਿੱਖਾਂ ਦੇ ਖੂਹ ਸੀ ਵੈਸੇ, ਸਾਡਾ ਨਹੀਂ, ਮੁਸਲਮਾਨ ਦਾ ਕੋਈ ਨਹੀਂ ਸੀਗਾ। ਤੁਸੀਂ ਪਿੰਡ ਵਾਲੇ ਤੇ ਪਾਣੀ ਭਰਦੇ? ਸਾਡੀ ਵੱਖਰੀ ਬਗੀ ਖੂਹ ਆਪਦੀ। ਅੱਛਾ ਅੱਛਾ, ਮੁਸਲਮਾਨਾਂ ਦੀ ਵੱਖਰੀ ਖੂਹ ਸੀ? ਵੱਖਰੀ ਖੂਹ, ਸਿੱਖਾਂ ਦੇ ਖੂਹ ਨਹੀਂ ਪਾਣੀ ਪਾਣੀ ਸੀ। ਅੱਛਾ ਅੱਛਾ, ਵੱਖਰੀ ਖੂਹ ਆ ਸੀ ਵੈਸੇ, ਉਹ ਵੱਖਰੋ ਵੱਖਰੀ ਖੂਹ। ਹੁਣ ਸੁਣੀਏ, ਤੁਸੀਂ ਮੁਸਲਮਾਨਾਂ ਦੀਆਂ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ ਉਦੋਂ ਉਸ ਪਿੰਡ 'ਚ? ਉਹ ਸਾਰੀਆਂ ਸੀਗੀਆਂ, ਨਸਰੀ ਸੀਗੇ, ਤੇਲੀ ਵੀ ਸੀ, ਜਲਾਇ ਵੀ ਸੀ, ਤੇ ਸ਼ੇਖ ਵੀ ਸੀ। ਅੱਛਾ ਅੱਛਾ, ਤੇ ਹੋਰ ਸਾਰਾ ਪੰਜ ਚਾਰ ਬਿਆਰੀ ਸੀਗੇ। ਪੰਜ ਚਾਰ ਬਿਆਰੀ ਤੁਹਾਡੇ ਪਿੰਡ ਮੁਸਲਮਾਨਾਂ ਦੇ? ਜ਼ਮੀਨਾਂ ਵਾਲੇ ਸੀ ਜਾਂ ਬਗੈਰ ਜ਼ਮੀਨਾਂ? ਤੁਸੀਂ ਗੁੱਜਰ ਸੀ, ਫੜੇ ਜ਼ਮੀਨ ਵਾਲੇ। ਅੱਛਾ, ਗੁੱਜਰ ਜ਼ਮੀਨਾਂ ਵਾਲੇ ਸੀ। ਹਾਂ, ਉਹ ਵੀ ਪੱਤੀ ਸਰ ਸੀ, 120 ਏਕੜ ਜ਼ਮੀਨ ਆ ਮੁਸਲਮਾਨਾਂ ਦੀ। ਆਹੋ, ਸਾਰੀ ਉਹ ਪੰਜ ਸੱਤਾਂ ਘਰਾਂ ਦੀ ਹੁੰਦੀ ਸੀ, 5 ਕਿੱਲੇ, 4 ਕਿੱਲੇ, 2 ਕਿੱਲੇ ਕਹਿੰਦੇ। ਅੱਛਾ ਅੱਛਾ, ਹੁਣ ਸਾਨੂੰ ਇਹ ਦੱਸਿਓ, ਤੁਹਾਡੇ ਪਿੰਡ 'ਚ ਉਦੋਂ ਨੰਬਰਦਾਰ ਨੌ ਸੀ, ਤੇ ਕਿਹਨਾਂ ਕਿਹਨਾਂ ਦੇ ਨਾਂ ਚੇਤੇ ਆ ਤੁਹਾਨੂੰ? ਇੱਕ ਸਰਦਾਰਾ ਸੀ, ਇੱਕ ਇੰਦਰ ਸੀ, ਇੱਕ ਸੀਗਾ ਦਵਾਉਣਾ ਕੀ ਨਾਂ ਉਹਦੇ, ਹੋਰ ਇਹ ਨਾਂ ਨਹੀਂ। ਹੋਰ ਤੁਹਾਨੂੰ ਕਿਹਨਾਂ ਕਿਹਨਾਂ ਦੇ ਨਾਂ ਚੇਤੇ ਆ ਸਿੱਖਾਂ 'ਚ ਉੱਥੇ? ਉਹਦਾ ਕਈ ਨਾਂ ਜ਼ਿਆਦਾ ਸਾਡੇ, ਕਿਹੜੇ ਕਿਹੜੇ? ਨਿੰਦਰ ਸੀ, ਅੰਮ੍ਰਿਤ ਸਿੰਘ ਸੀ, ਆਪਣਾ ਪਾਲਾ ਸੀ, ਅੰਮ੍ਰਿਤ ਸਿੰਘ ਸੀ। ਅੱਛਾ, ਉਹਦੇ ਆ ਕੇ ਮੋਹਣਾ ਸੀ, ਨੱਥੂ ਸੀ। ਇਹ ਤੁਹਾਡੀ ਪੱਤੀ ਦੇ ਸੀ? ਸਾਡੇ ਨਾਲ ਹੀ ਘਰ ਸੀ ਉਹਨਾਂ ਦੇ, ਸਾਡੇ ਨੇੜੇ ਸੀ। ਹੋਰ ਕੌਣ ਸੀ? ਅਤੇ ਅਰਜਨ। ਅੱਛਾ ਅੱਛਾ, ਕਰਦਾ ਬਥੇਰੇ ਉਹਦੇ ਨਾਲ, ਅਰਜਨ ਗਿੱਲ ਵੱਜਦਾ ਸੀ ਇੱਕ, ਉਹ ਸੀ ਅਰਜਨ ਗਿੱਲ। ਸਹੀ ਸਹੀ, ਹੁਣ ਸਾਨੂੰ ਇਹ ਦੱਸਿਓ, ਤੁਹਾਡਾ ਉੱਥੇ ਕਿਹੜੇ ਘਰ ਨਾਲ ਜ਼ਿਆਦਾ ਆਉਣ ਜਾਣ ਸੀ? ਜਵਾਨ ਦਾ ਮੱਲੇ ਹੁੰਦਾ ਜੀ ਸਾਡੇ। ਅੱਛਾ ਅੱਛਾ, ਤੇਰਾ ਯਾਰ ਬੇਲੀ ਵੀ ਆਇਆ ਸੀ ਕੋਈ ਸਿੱਖਾਂ 'ਚ? ਤੇਰਾ ਕੋਈ ਯਾਰ ਮਿੱਤਰ ਵੀ ਹੈਗਾ ਸੀ ਸਿੱਖਾਂ 'ਚੋਂ? ਉਹ ਸਾਰੇ ਯਾਰ ਮਿੱਤਰ ਸੀ, ਬਲ ਕੀ ਸੋਹਣਾ ਮੱਥੂ ਸੀ ਸਾਰੇ। ਹਾਂ, ਨਹੀਂ ਤੇਰੇ ਆਉਂਦੇ ਸੀ ਜਿਹੜੇ? ਮੱਥੂ ਜ਼ਿਆਦਾ ਸੀ ਉਹ। ਕੀ ਨਾਂ ਸੀ ਉਹਨਾਂ ਦੇ? ਉਹ ਮੱਥੂ ਸਭ ਜ਼ਿਆਦਾ ਸੀ ਨਾ ਉਮਰ ਦੇ। ਕੀ ਨਾਂ ਸੀ? ਨੱਥੂ ਮੋਹਣਾ। ਨੱਥੂ ਮੋਹਣਾ, ਇਹ ਤੁਹਾਡੇ ਤੋਂ ਬੜੇ ਸੀ? ਨਾ ਹੀ ਸਾਡੇ ਘਰ ਕੋਲ ਘਰ ਸੀ ਜਾਂਦਾ। ਅੱਛਾ ਅੱਛਾ, ਉੱਥੇ ਬਾਬਾ ਜੀ ਖੇਡਾਂ ਕਿਹੜੀਆਂ ਖੇਡਦੇ ਸੀ? ਖੇਡਾ ਬੋਰੀ ਚੱਕਣੀ, ਭਰ ਕੇ ਮਿੱਟੀ ਦੀ, ਕਬੱਡੀ ਖੇਡਣੀ। ਅੱਛਾ, ਉਹ ਕਾਲ ਵਿੱਚ ਮੁੰਡੇ ਮੁੰਡੇ ਖੇਡਾਂ ਸੀ, ਯਾਨੀ ਆਧੇ ਕੋਲ ਸੀ ਬਾਬਾ ਸਿੰਘ। ਹਾਂਜੀ, ਆਧੇ ਕੋਲ ਸੀ, ਬਾਅਦ ਦਾ ਖੇਡਣਾ ਕਿੰਨਾ ਖੇਡ। ਅੱਛਾ ਅੱਛਾ, ਬਾ ਪਿੰਡ 'ਚ ਹੀ ਖੇਡਣਾ, ਪਿੰਡ ਦਾ ਕੰਮ ਸੀ। ਸਹੀ ਸਹੀ, ਅਤੇ ਹੋਰ ਕੋਈ ਮੇਲਾ ਲੱਗਦਾ ਸੀ ਤੁਹਾਡੇ? ਮੇਲਾ ਵੀ ਲੱਗਦਾ ਸੀਗਾ, ਜਿਹੜੀ ਹੁੰਦੀ ਨਾ ਸਿਆਲ ਦੀ ਕੀ ਵੱਜਦੀ ਆ ਲੋਹੜੀ, ਹਾਂ ਉਦੋਂ ਲੱਗਦਾ ਸੀ ਮੇਲਾ ਸਾਡੇ ਪਿੰਡ 'ਚ। ਅੱਛਾ ਅੱਛਾ, ਆਹ ਫੁੱਲ ਤੁਸੀਂ ਬਣਵਾਇਆ ਇਹ ਕਿੱਥੋਂ ਬਣਵਾਇਆ ਸੀ? ਇਹ ਬੁੱਟਰ ਵਾਲੇ ਮੇਲੇ ਤੋਂ, ਬੁੱਟਰ ਮੇਲਾ ਸੀ ਨਾ। ਅੱਛਾ ਅੱਛਾ, ਪਿੰਡ ਬੁੱਟਰ ਮੇਲੇ ਤੋਂ ਬਣਵਾਇਆ ਸੀ? ਹਾਂ, ਕਿੰਨੇ ਪੈਸੇ ਦਿੱਤੇ ਸੀ ਇਹਦੇ? ਪਤਾ ਨਹੀਂ, ਖਿਆਲ ਨਹੀਂ, ਹੁਣ ਤਾਂ 1-2 ਰੁਪਏ ਹੋਣੇ ਦਾ ਖਰਾ, ਉਹ ਵੀ ਬੰਦ ਵੀ ਕਰਦਾ। ਅੱਛਾ, 1-2 ਰੁਪਏ ਦਿੱਤੇ ਹੋਣੇ ਇਹ ਫੁੱਲ ਬਣਵਾਇਆ। ਅੱਛਾ, ਹੋਰ ਵੀ ਤੇਰੇ ਨਾਲ ਕਿਸੇ ਨੇ ਬਣਵਾਇਆ ਸੀ ਜਾਂ ਇਕੱਲਿਆਂ ਨੇ? ਮੈਂ ਇੱਕ ਮਾਂ ਮਾਂ ਸੀ ਜਿਹੜਾ ਮੁੰਡਾ, ਉਹਨੇ ਬਣਾਇਆ ਸੀ। ਤੁਸੀਂ 2 ਜਣੇ ਨੇ ਬਣਵਾਇਆ ਸੀ? ਕੀ ਲੈ ਕੇ ਆਏ ਸੀ ਮੇਲੇ ਤੋਂ ਉੱਥੋਂ? ਜਾਣਾ ਜਾਣਾ ਕੀ ਹੋ, ਜਾਣਾ ਜਾ ਕੇ ਖਾਸ ਨਹੀਂ ਹੋਣੇ ਜਵਾਕਾਂ ਨੇ, ਜਵਾਕ ਉਹ ਜਵਾਕ ਹੀ ਸਮਝੋ। ਹਾਂ ਹਾਂ, ਅਤੇ ਗਾਂਹ ਕੌਡੀਆਂ ਕੁਬੜੀਆਂ ਹੁੰਦੀਆਂ ਹੁਣ ਦੇਖ ਲੈਣੀਆਂ ਬਸ, ਗਾਉਣ ਗੂਣ ਚੱਲਦੇ ਸੀ ਬੱਚਾ। ਹਾਂ ਹਾਂ, ਹੁਣ ਸਾਨੂੰ ਇਹ ਦੱਸਿਓ ਵੀ ਤੁਹਾਡੇ ਪਿੰਡ 'ਚ ਕੋਈ ਮੇਲਾ ਨਹੀਂ ਸੀ? ਮੇਲਾ ਤੁਹਾਡੇ ਪਿੰਡ 'ਚ ਕੋਈ ਮੇਲਾ? ਉਹ ਮੇਲਾ ਸਮਾਧ ਵੱਜਦਾ ਨਾ ਉੱਥੇ, ਉਹ ਲੱਗਦਾ ਲੋਹੜੀ ਦਾ। ਹਾਂ ਹਾਂ, ਉੱਥੇ ਲੱਗਦਾ ਬੁੱਟਰਾ ਲੱਗਦਾ ਸੀ? ਬੁੱਟਰਾ ਸੀ ਨਾ ਵਿਸਾਖੀ, ਵਿਸਾਖ ਨੂੰ ਲੱਗਦੀ ਸੀ ਉਹਦਾ। ਉਹ ਤਾਂ ਵਿਸਾਖੀ ਲੱਗਦੀ ਬੁੱਟਰਾ, ਅਤੇ ਹੋਰ ਸਮਾਧ? ਇਹ ਸਮਾਧ ਸੀ ਡੇਰਾ। ਹਾਂ, ਜਦੋਂ ਉਹ ਸੀ ਲੱਗਦੀ ਆਪਣੀ ਲੋਹੜੀ। ਹਾਂ, ਤੁਹਾਡੇ ਪਿੰਡ 'ਚ ਹੀ ਸੀ? ਪਿੰਡ ਸੀ ਉਹ। ਅੱਛਾ ਅੱਛਾ, ਉੱਥੇ ਜਾਂਦੇ ਸੀ? ਸੁੱਖ ਨਵੇਂ ਹੁੰਦੇ ਸੀ ਉੱਥੇ ਵਿਸਾਖੀ ਨੂੰ। ਅੱਛਾ, ਤੀਆਂ ਵੀ ਲੱਗਦੀਆਂ? ਤੀਆਂ ਲੱਗਦੀਆਂ ਸੀ ਉਹਦਾ। ਅੱਛਾ, ਮਾਈਆਂ ਪੀਂਘਾਂ ਝੂਟਣੀਆਂ ਮਾਈਆਂ ਨੇ, ਸਭ ਕੁਝ ਕਰਨਾ ਜੀ। ਸਾਨੂੰ ਇਹ ਦੱਸਿਓ, ਜਦੋਂ ਇਹ ਅਜਾੜੇ ਪਏ ਨੇ, ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਅੱਜ ਸਾਨੂੰ ਇੱਥੋਂ ਜਾਣਾ ਪਊਗਾ? ਪਾ ਤਾਂ ਲੱਗਦਾ ਪਹਿਲਾਂ ਤਾਂ ਹੀ। ਹਾਂ, ਪਰ ਜਿਹੜੇ ਹਮਲਾ ਹੋਇਆ ਨਾ ਉਹਦੇ ਤੇ ਬਾਹਰ ਸਿੱਖ ਆਏ ਤੁਹਾਡੇ ਪਿੰਡ 'ਤੇ? ਪਿੰਡ 'ਤੇ। ਅੱਛਾ ਅੱਛਾ, ਪਤਾ ਲੱਗ ਗਿਆ ਵੀ ਬੰਦੇ ਆ ਗਏ ਆ। ਹਾਂ,
पाकिस्तान सड़क पक्की मिलिट्री बंदे बुंदे मतलब कुछ जख्मी होना किस काम बुढ़ा ठहरा होना गड्डी पा के बजे मोगे लाके पड़ा बने मिलिट्री का जनाब जी 5 मिनट ना साढ़े पिंड 10 मिनट बंदा जी छेड़ना सब मार दे चंगी खुली थी खवा सकते रहने नहीं तो मोगे जाके रात रहे हकीकत सब कुछ को तेन दी सिखा दिता ना माल खराब अस्सी दिता मिंदर सिंह किशन सिंह का मुंडा उन्होंने बाबा जी और पांच बल्द और की दिता सी उन्होंने मगर मैं नहीं शादी मेरी हुई उस टाइम तीन भरा मेरे वह थे तो बाकी माई का संजोग थी नाल अच्छा वो रीडा कपड़ा दाने दो हाली बाई खड़ी थी दाने वो रख सटे अच्छा सुखा समान वो रख सटिया सोना जेवर जोवर भी सटे सब कुछ सही है वो भी नहीं सटा अगर कोई वीर साड़ी स्टोरी सुनता पाया तो बाबा जी होर ने उस वेले जो समान से मिंदर सिंह किशने का मुंडा उन्होंने घर दे के आए ने असं दोबारा ले लेंगे चलो वो गल्लां तो पुरानी हुई इन बहाने चलो उन्हों का ना तो आया सामने फिर बाबा जी फिर अभी सवेर उठाए बैठने जी मोगे आ गए सवेर फिर पाऊ गई जाना सी अपने बैन वास्ते रात में दो बंदे तीन कढ़े जाने सिख मिलिट्री नहीं करनी उसे तीन बंदे कढ़े जाने सरमायादारी थोड़े जो अच्छा जाके खुद मुंडे कमरे मर रहे जे बाहर कढ़े जाके उन्हें पता समान लिया पैसे पुसे कढ़ाए कितने दबे तेरे चलती थी बारी उदो कितने दबे कितने कढ़ाया किने कढ़वाए वो जो मुंडे सिख दे पिंड दे बटेरे उन्होंने तुहाडे तो उन्होंने बंदियां तो पैसे आने को अच्छा पैसे आने तो फिर अच्छा फिर दो तो मारते बच्चे उन्होंने मुसलमान पैसे बह के वो किड़े किड़े मारे से एक तो बदी सी का हाँ एक सी वो ना नियम नियम करके साथ देखा वो जिधे मारना ले से पेंट दे सी या बाहर दे सी वो अल्लाह जाने बगैर पेंट दे काट के बाहर अच्छा अच्छा बैठे काफ से जो फिर मुड़ के फिर मोगी
मुसलमान बैठे रोटी खान गए ना, मुड़ के आ गए, उन्हें फिर ऐलान किया गड्ढा बंद है आपे जोड़ लो बैठ जाओ। हूँ हकीकत समझ आ कोठे बैठे आ वेड़ा साढ़े पशु इस वेड़े खड़े आ चढ़ते घर आखला कि साढ़ा प्यो भी सेवा हो जाए सारे लोग यह फैसला उन्हें कहो ना की करने अज भी पास मुड़ा वा गए कितने खिची पर गए दो रात बाद कठे हो लगता सारे रात दो तीन रात रहे फिर बॉर्डर पास किया अपना गंडा सवाला गए फिर इधर आ गए। बड़ा दुख सी दर्द सी अपने घर छड़ने अपनी माल छड़ना तोबा तोबा फिर एक जान दा भी डर भी हुन भी मरे हुन भी मरे मसाड़े से खाया खाओ से बचना सो भी रो साड़ी ए सी आज दी स्टोरी बाबा लाल दीन।